ਉਹ ਨਹੀਂ ਨਹੀਂ ਯਾਰ ਇੰਝ ਤੁਹਾਨੂੰ ਸਮਝ ਨਹੀਂ ਆਉਣੀ ਇੰਝ ਕਰਨੇ ਆ ਥੋੜ੍ਹੀ ਜਿਹੀ ਨਹੀਂ ਸ਼ੁਰੂ ਤੋਂ ਤੁਹਾਨੂੰ ਮੈਂ ਸਟੋਰੀ ਦੱਸਣਾ ਬਾਕੀ ਜੋ ਦੱਸਣ ਦੀ ਲੋੜ ਹੀ ਨਹੀਂ ਨਾ ਕਿ ਬਾਕੀ ਤਾਂ ਤੁਹਾਨੂੰ ਸਾਰਾ ਪਤਾ ਕਿ ਪਾਕਿਸਤਾਨ ਵਿੱਚ ਅੱਜ ਕੱਲ੍ਹ ਕੀ ਲੱਭ ਰਿਹਾ ਮਤਲਬ ਕਿ ਹਰ ਚੀਜ਼ ਵਿੱਚ ਹੀ ਮਿਲਾਵਟ ਹੁੰਦੀ ਹੈ ਹਰ ਚੀਜ਼ ਹੀ ਦੋ ਨੰਬਰ ਲੱਭਦੀ ਹੈ ਜਿੰਨੀ ਦੇਰ ਆਪਣੇ ਪਾਕਿਸਤਾਨ ਉੱਤੇ ਮਾਨਾ ਰਿਹਾ ਉਹਨਾਂ ਚਿਰ ਕੰਮ ਠੀਕ ਸੀ ਮਾਨਾ ਮਤਲਬ ਕਿ ਆਪਣਾ ਇਮਰਾਨ ਖਾਨ ਤੇ ਜਦਣ ਹੀ ਉਹ ਜਾਂਦਾ ਗਿਆ ਹੁਣ ਤੇ ਇੰਜ ਲੱਗਦਾ ਇਹ ਪਾਕਿਸਤਾਨ ਨਹੀਂ ਇਹ ਤੇ ਸੈਕਿੰਡ ਹੈਂਡ ਪਾਕਿਸਤਾਨ ਰਹਿ ਗਿਆ ਸੈਕਿੰਡ ਹੈਂਡ ਤੇ ਤੁਹਾਨੂੰ ਪਤਾ ਹੀ ਹੋਣਾ ਨਾ ਕਿ ਜਿਵੇਂ ਕੋਈ ਮੋਬਾਈਲ ਲੈਣ ਜਾਈਏ ਇੱਕ ਹੁੰਦਾ ਨਵਾਂ ਡੱਬਾ ਪੈਕ ਇੱਕ ਹੁੰਦਾ ਸੈਕਿੰਡ ਹੈਂਡ ਜਿਹਦਾ ਕੋਈ ਹਾਲ ਨਹੀਂ ਰਹਿ ਗਿਆ ਹੁੰਦਾ ਇਹ ਸੈਕਿੰਡ ਹੈਂਡ ਪਾਕਿਸਤਾਨ ਹੋਇਆ ਇਹ ਕੁਝ ਸ਼ਰੀਫ ਖਾਨਦਾਨ ਆਏ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਇਹ ਹਾਲਾਤ ਹੋਏ ਨੇ ਸਿਰਫ ਉਹਨਾਂ ਦਾ ਨਾਂ ਹੀ ਸ਼ਰੀਫ ਹੈ ਨਹੀਂ ਤੇ ਸ਼ਰੀਫ ਵਾਲੀ ਉਹਨਾਂ 'ਚ ਗੱਲਬਾਤ ਕੋਈ ਨਹੀਂ ਹਾਂ ਤਨੂਰ ਵਾਲੀ ਬਾਜੀ ਦੋ ਰੋਟੀਆਂ ਦੇ ਦਿਓ ਏ ਐਲ ਬਾਜੀ ਤੁਹਾਡੀਆਂ ਦੋ ਰੋਟੀਆਂ ਜੀ ਬਾਜੀ ਜੀ ਕਿੰਨੇ ਪੈਸੇ ਜੇ ਬਾਜੀ 100 ਰੁਪਈਆ 100 ਰੁਪਈਆ ਕੱਲ ਤੇ 40 40 ਦੀ ਇੱਕ ਰੋਟੀ ਸੀ ਅੱਜ 50 ਦੀ ਹੋ ਗਈ ਏ ਵੇਖ ਲਓ ਬਾਜੀ ਮਹਿੰਗਾਈ ਇੰਨੀ ਹੋ ਗਈ ਏ ਹੁਣ ਅਸੀਂ ਕੀ ਕਰੀਏ ਅਸੀਂ ਆ ਮਜਬੂਰ ਮਹਿੰਗਾਈ ਵੀ ਇੰਜ ਸਾਡੇ ਉੱਤੇ ਪੌੜੀਆਂ ਲਾ ਕੇ ਚੜ ਗਈ ਏ ਚਲੋ ਛੱਡੋ ਹਰ ਚੀਜ਼ ਨੂੰ ਸੁੱਖ ਦੀ ਰੋਟੀ ਤੇ ਖਾਈਏ ਨਾ ਬੇਗਮ ਹੁੰਦੀ ਸੀ ਜਦੋਂ ਤੂੰ ਆਪ ਮੈਨੂੰ ਪਕਾ ਕੇ ਦਿੰਦੀ ਸੀ ਓਏ ਰੋਟੀ ਏ ਕਿ ਮੈਂ ਪੱਥਰ ਲੈ ਆਂਦਾ ਰੋਟੀ ਵੀ ਦੋ ਨੰਬਰ ਹੀ ਏ ਇਹ ਤੇ ਅੰਜ ਸੋਟੇ ਨਾਲ ਕੁੱਟ ਕੇ ਖਾਣੀ ਏ ਇਹਨੂੰ ਪਤਾ ਨਹੀਂ ਹੁਣ ਕੀ ਮੌਤ ਪੈ ਗਈ ਏ ਯੇ ਕੱਲ ਹੀ ਤੈਨੂੰ ਠੀਕ ਕਰਵਾਇਆ ਕੱਲ ਠੀਕ ਕਰਵਾ ਕੇ ਪੂਰਾ 1000 ਰੁਪਈਆ ਇਹਦੇ ਉੱਤੇ ਲਾਇਆ ਮੈਨੂੰ ਲੱਗਦਾ ਇਹਨ ਕਾਰਪੋਰੇਟਰ ਪਰੇ ਦਾ ਹੋ ਗਿਆ ਇਹਦੇ ਕਾਰਪੋਰੇਟਰ ਦੇ ਵਿੱਚ ਕਚਰਾ ਫਸ ਗਿਆ ਉਹ ਕੱਢਣਾ ਪਾਉਣਾ ਪਤਾ ਨਹੀਂ ਹੈ ਕੀ ਰੋਜ਼ ਹੀ ਖਰਾਬ ਹੋ ਜਾਂਦਾ ਲਾ ਲਾ ਕੇ ਇਹਦੇ ਉੱਤੇ ਵੀ ਪੈਸੇ ਇੱਕ ਮਸਲਾ ਹੁੰਦਾ 100 ਮਸਲੇ ਠੀਕ ਕਰਕੇ ਤੋੜਦੇ ਨੇ ਉਹ ਬਣੇ ਨੇ ਆਪਣੇ ਦਿਲੋਂ ਮਿਸਤਰੀ ਵੱਡੇ ਛੁੱਟੇ ਨੇ ਮੈਨੂੰ ਲੱਗਦਾ ਪਿਛਲੇ ਟਾਇਰ ਦੀ ਵਾ ਘੱਟ ਹੈ ਤਾਂ ਇੰਜਣ ਖਰਾਬ ਹੈ ਓ ਉਸਤਾਦ ਸ਼ੀਮਾ ਖੀਖੀ ਇਹਨੂੰ ਚੈੱਕ ਕਰੀਏ ਨਾ ਪਤਾ ਨਹੀਂ ਕੀ ਮਸਲਾ ਬਣ ਗਿਆ ਹਾਂਜੀ ਮੇਕਨ ਸਾਹਿਬ ਮੈਂ ਠੀਕ ਕਰ ਦੇਣਾ ਤੁਸੀਂ ਘੰਟੇ ਬਾਅਦ ਆ ਕੇ ਲੈ ਜਾਇਆ ਚੱਲ ਠੀਕ ਹੈ ਹੁਣ ਸਹੀ ਚੈੱਕ ਕਰੀ ਮੈਂ ਘੰਟੇ ਬਾਅਦ ਆ ਕੇ ਲੈ ਜਾਣਾ ਇਹਨੂੰ ਅਨਕੇ ਦਾ ਆ ਕੇ ਮੋਟਰਸਾਈਕਲ ਚੈੱਕ ਕਰ ਉਸਤਾਦ ਕਦੀ ਆਪ ਵੀ ਚੈੱਕ ਕਰ ਲਿਆ ਕਰ ਸਾਰਾ ਕੁਝ ਮੇਰੇ ਤੇ ਤੂੰ ਛੱਟਿਆ ਮੈਨੇ ਜਿਵੇਂ ਬੜੀ ਜੇ ਜਾਚ ਹੈ ਮੈਂ ਵੀ ਤੇਰੇ ਹਾਰਦਈਆਂ ਕੇ ਉਸਤਾਦ ਜੀ ਬਸ ਤੇਲ ਦਾ ਥੋੜਾ ਜਿਹਾ ਮਸਲਾ ਸੀ ਤੇਲ ਵਿੱਚ ਕਚਰਾ ਸੀ ਉਹ ਮੈਂ ਕੱਢ ਦਿੱਤਾ ਹੁਣ ਠੀਕ ਹੋ ਗਿਆ ਅਲਾ ਹੋ ਗਿਆ ਠੀਕ ਆਹੋ ਥੋੜਾ ਜਿਹਾ ਮਸਲਾ ਸੀ ਉਹ ਛੱਡ ਕਿੰਨਾ ਬਿੱਲ ਬਣਿਆ 300 ਬਿੱਲ ਬਣਿਆ ਉਹ ਘੰਟਾ ਹੋ ਗਿਆ ਮੋਟਰਸਾਈਕਲ ਇੱਥੇ ਖਲੋਤੇ ਆ ਨਿਰਾ 300 ਬਿੱਲ ਬਣਾਇਆ ਤੂੰ ਕੀ ਮਤਲਬ ਹੈ ਉਸਤਾਦ ਜੀ ਚੱਲ ਹੁਣ ਮੇਕਨ ਸਾਹਿਬ ਜਿਸ ਟਾਈਮ ਆਏ ਨਾ ਤੂੰ ਇਹ ਨਾ ਹਣਾ ਇਨਲੈਟ ਦਾ ਵੀ ਮਸਲਾ ਸੀ ਇਹਦਾ ਇੰਜਣ ਵੀ ਠੀਕ ਕੀਤਾ ਤੇਲ ਵਿੱਚ ਕਚਰਾ ਸੀ ਕਾਰਪੋਰੇਟਰ ਪਰੇ ਦਾ ਸੀ ਕਾਰਪੋਰੇਟਰ ਵੀ ਨਵਾਂ ਪਿਆ ਹੋਰ ਵੀ 2-3 ਦੱਸੀ ਬਣਾ ਬਣਾ ਕੇ ਆਪਣੇ ਕੋਲੋਂ ਦਸਤਾਰ ਵੀ ਨਾ ਅੰਜ 7-8 ਹਜ਼ਾਰ ਦਾ ਬਿੱਲ ਬਣਨਾ ਚਾਹੀਦਾ ਅੱਜ ਹਾਂ ਨਿੱਕੇ ਕੀ ਮਸਲਾ ਸੀ ਮੋਟਰਸਾਈਕਲ ਨੂੰ ਆ ਤੇਲ ਦਾ ਹੀ ਮਸਲਾ ਸੀ ਤੇਲ ਵਿੱਚ ਪਾਣੀ ਪਿਆ ਸੀ ਤੇਲ ਵਿੱਚ ਵੀ ਮਿਲਾਵਟ ਹੋਣ ਲੱਗ ਪਈ ਏ ਕੋਈ ਸ਼ੈ ਨਹੀਂ ਵਾ ਪਾਕਿਸਤਾਨ ਵਿੱਚ ਇਹਨਾਂ ਛੱਡੀ ਹਲਾ ਕਿੰਨਾ ਬਿੱਲ ਬਣੇ 8000 ਰੁਪਈਆ 8000 8000 ਕਿਹੜੀ ਗੱਲ ਦਾ ਮਿਲਾਵਟ ਵਾਲਾ ਤੇਲ ਤੁਸੀਂ ਪਵਾਇਆ ਪੰਪ ਤੋਂ ਤੇ ਤੇਲ ਗਿਆ ਟੈਂਕੀ ਵਿੱਚ ਉਹਦੀ ਵਜ੍ਹਾ ਤੋਂ ਟੈਂਕੀ ਖਰਾਬ ਹੋ ਗਈ ਏ ਤੇ ਟੈਂਕੀ ਵਿੱਚੋਂ ਤੇਲ ਗਿਆ ਕਾਰਪੋਰੇਟਰ ਵਿੱਚ ਉਹ ਕਾਰਪੋਰੇਟਰ ਪਰੇ ਦਾ ਹੋ ਗਿਆ ਤੇ ਕਾਰਪੋਰੇਟਰ ਵਿੱਚ ਅੱਗੋਂ ਤੇਲ ਗਿਆ ਇੰਜਣ ਵਿੱਚ ਤੇ ਇੰਜਣ ਦਾ ਵੀ ਕੰਮ ਹੋ ਗਿਆ ਸੀ ਤੇ ਕਿੱਕਾ ਮਾਰ ਮਾਰ ਕੇ ਕਿੱਕ ਵੀ ਤੁਸੀਂ ਖਰਾਬ ਕਰ ਦਿੱਤੀ ਤੇ ਕਿੰਨਾ ਹੋ ਗਿਆ ਸਾਰਾ 8000 ਰੁਪਈਆ ਚਲੋ ਤੁਸੀਂ ਆਪਣੇ ਬੰਦੇ ਹੋ ਤੇ ਤੁਸੀਂ ਇੰਜ ਕਰੋ 7000 ਦੇ ਦਿਓ 7000 ਚਲੋ ਐ ਲੋ ਉਸਤਾਦ ਨਾਲ ਗੱਲ ਕਰ ਲਈਆਂ 5000 ਮੈਂ ਦੇ ਚੱਲਾਂ ਤੇ 2000 ਬਾਅਦ ਚ ਦੇ ਜਾਂਦਾ ਫਿਰ ਕਰ ਲਾਂ ਤੇ ਦੂਜਾ ਉਸਤਾਦ ਜੀ ਕੋਈ ਮੋਬਾਈਲ ਚੈੱਕ ਕਰਾਇਆ ਇੱਕ ਮੋਬਾਈਲ ਲੈਣਾ ਕਿੰਨੇ ਤੱਕ ਕੋਈ 10000 ਤੱਕ ਵਹਾ ਦਿਓ ਇੱਕ ਮਿੰਟ ਇਹ ਮੋਬਾਈਲ ਚੈੱਕ ਕਰੋ ਹਾਂ ਬੜਾ ਕੋਕੇ ਦੇ ਜੇ ਮੋਬਾਈਲ ਤੇ ਠੀਕ ਹੈ ਇਹਦੀ ਗਰੰਟੀ ਕਿੰਨੀ ਜੇ ਗਰੰਟੀ ਇਹਦੀ ਕੋਈ ਨਹੀਂ ਹੁੰਦੀ ਬਸ ਇੰਨੀ ਗਰੰਟੀ ਹੈ ਕਿ ਦੁਕਾਨ ਤੋਂ ਬਾਹਰ ਨਿਕਲਣਾ ਤੇ ਗਰੰਟੀ ਖਤਮ ਉਹ ਦੁਕਾਨ ਵਿੱਚ ਤੇ ਆ ਨਾ ਗਰੰਟੀ ਚਲੋ ਫਿਰ ਇੱਥੇ ਚੈੱਕ ਕਰਨੇ ਆ ਜਿਹੜੀ ਕੋਈ ਖਰਾਬੀ ਨਿਕਲਦੀ ਹੈ 10000 ਇਹ ਲੋ 10000 ਰੁਪਈਆ ਨੱਪੋ ਮੋਬਾਈਲ ਮੇਰਾ ਉਹ ਨਹੀਂ ਨਹੀਂ ਸਰ ਜੀ ਆ ਵੇਖੋ ਨਾ ਇਹਦੀ ਤਾਂ ਉੱਤੋਂ ਸਕਰੀਨ ਹੀ ਟੁੱਟੀ ਏ ਇਹ ਤੇ ਕਾਫੀ ਸਾਰੀ ਉੱਤੋਂ ਟੁੱਟੀ ਏ ਤੁਸੀਂ ਇੰਜ ਕਰ ਮੋਬਾਈਲ ਰੱਖ ਲਓ ਮੇਰੇ ਪੈਸੇ ਵਾਪਸ ਕਰ ਦਿਓ ਇਹ ਤੇ ਨਹੀਂ ਵਾਪਸ ਹੋਣਾ ਕਿਉਂ ਕਿਉਂਕਿ ਗਰੰਟੀ ਮੁੱਕ ਗਈ ਏ ਉਹ ਭਾਈ ਗਰੰਟੀ ਕਿਵੇਂ ਮੁੱਕ ਗਈ ਏ ਤੂੰ ਆਖਿਆ ਮੈਂ ਆਪ ਸੁਣਿਆ ਤੂੰ ਆਖਿਆ ਕਿ ਦੁਕਾਨ ਦੇ ਅੰਦਰ ਅੰਦਰ ਗਰੰਟੀ ਏ ਤੇ ਗਰੰਟੀ ਤੇਰੀ ਹੁਣ ਬਣਦੀ ਏ ਤੇ ਦੁਕਾਨ ਦੇ ਅੰਦਰ ਗਰੰਟੀ ਸੀ ਨਾ ਤੇ ਆ ਵੇਖੋ ਨਾ ਦੁਕਾਨ ਇੱਥੇ ਤੱਕ ਏ ਤੇ ਤੁਸੀਂ ਦੁਕਾਨ ਤੋਂ ਬਾਹਰ ਹੋ ਗਰੰਟੀ ਖਤਮ ਕੀ ਗੱਲ ਹੋਈ ਇਹ ਵੇਖੇ ਨਾ ਔਰ ਬੰਦਾ ਹੀ ਪਾਕਿਸਤਾਨ ਵਿੱਚ 2 ਨੰਬਰ ਹੀ ਕਰ ਰਿਹਾ ਇਹਦਾ ਮਤਲਬ ਫਿਰ ਅਸੀਂ ਤੇ ਦੁਕਾਨ ਵਿੱਚ ਵੜੇ ਵੀ ਨਹੀਂ ਹੈ ਉਸਤਾਦ ਮੇਰੇ ਕੋਲੇ ਕਰੋੜਾਂ ਰੁਪਈਆ ਕਰੋੜਾਂ ਮੈਨੂੰ 1-2 ਕਿੱਲਾ ਜ਼ਮੀਨ ਨਹੀਂ ਚਾਹੀਦੀ ਮੈਨੂੰ ਚਾਹੀਦੀ ਏ ਬਹੁਤ ਸਾਰੀ ਜ਼ਮੀਨ
दस जे मैं तेन एक करोड़ रुपया दया तू मैं किन्नी जमीन देन दा अज इत्थे तक मेरी उंगल जा रही है ना ए सारी जमीन मैं तुहानूं दे दियांगा जिथे तक भी उंगल जा रही है सारी जमीन मैंने लब्बे दी वाकई ये करोड़ विच मैंने लब्बे दी आहो है सौदा वाकई ते पाकिस्तान विच पहली बारी कोई एक नंबर बंदा मैं टकरिया है ये ते पहली बारी फायदे दा सौदा हो चला ए एलो जी देर नहीं करनी एक करोड़ दा चेक हुण आ सारी जमीन मेरी होई हाय आहो जी इत्थे तक हुण जमीन तुहाडी होई ओ इत्थे तक क्यों भाई तू आख्या जिथे तक मेरी उंगल जा रही है सारी जमीन मेरी है ते ओ ही मैं तुहानूं आख्या ना कि जिथे तक मेरी उंगल जांदी है जमीन तुहाडी है ऐ वेखो ना मेरी उंगल है ते वेखो किथे तक जांदी है ए बस इत्थे तक ही जांदी है मतलब आ एक करोड़ विच आ एक कबर भी नहीं लभी मैनूं चंगा वा तू ही एक नंबर मैं टकरिया है सॉरी दून ये चोर 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 कोई ना मचाए शोर ये चोर 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 ओ जी को जाए काट दे भाई गाला है नहीं हो काट दिया हम मोबाइल पैसे काट दे गोली ना चलाइयो मोबाइल ही मेरा ले ले पैसे पैसे ये है मेरा एटीएम कार्ड ही मार ली कोड ही 399 और मोटरसाइकिल भी कार है यार मोटरसाइकिल तो रहन दे मेरे दादे दी आखरी निशानी आ ओए ओ ओ दे जा ओए यार पता नहीं कोई समझ नहीं पी आउंदी एक तो पाकिस्तान मुल्क इंज दा बन गया है कि इहदे विच रहण ते भी नहीं दिल करता अगो इहदे नाल प्यार भी एना है कि इहनूं छड्ड के जाण ते भी नहीं दिल करता चलो छड्डो जो भी गल है टीवी लाने आ ड्रामा वेखने आ फिल्मा वेखने आ ते जिंदगी गुजारने आ हुंदा जी कुछ होवे पिया सानूं ते ना की लगे चल 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 लै बिजली कोनी लो कर लो गल सुभान अल्लाह माशाल्लाह अल्हम्दुलिल्लाह फिर इन्ना कुछ होने के बावजूद उदा अपनी जिंदगी तो एंजी दिल च की गया इंज दिल च की गया जिवें जुमे वाले दिन मस्जिद विचों जुत्ती च की जांदी है वो फिर उदा अपनी जिंदगी तो इंज दिल फिका पै गया जिवें कोई हसबेंड अपनी वाइफ नू मेकअप तो बगैर वेंदा ते उदा दिल फिका पै जांदा वो अपनी जिंदगी तो फुल एंड तंग आ गया सी हालो ओए इत्थे की बन गया होया की बन गया इस मुल्क दा इत्थे ओए इहदे नाल ते बंदा मार ही जाए ते चंगा ऐ इहदे नाल ते बंदा मार ही जाए चंगा इहदे नाल ते चंगा बंदा मार ही जाए बंदा मारी जाए चंगा है भाई जी रस्सियां भी रखियां जे नहीं कुड़ियां रखियां ने अवेदा ना पे रस्सियां वाली दुकान है भाई कोई चंगी मजबूत जी रस्सी बन दियो जेडी एक नंबर होवे एला ए सारे नो मजबूत ही ए मजबूत है सारे नालो ए किन्ने दी जे 100 रुपए दी भाई थोड़े जिने कट कर लो 50 रुपए ला लो ए करनी की जे मैं खुद खुशी करनी है मैं मर जाना मैं इत्थे नहीं रहना जे मारी जानी ते फिर पैसे कटा के की करने नहीं उरा 100 पूरा दे ओ गल तेरी भी नहीं सट्टन वाली बस तेरी धौनी च एक सट्टन वाली है ते फिर आ गई उत्थे तक जिथों स्टोरी शुरू हुई सी यार बड़ी देर ला दित्ती जे तुसा मैं बंदे नू चरोक ना खलवा के रखिया किधरे फांसी ना ले लवे ते तुहानू 8-10 मिनट हो गए ने तुसी ये हुण पड़े हो इन्नी देर ला दित्ती जे स्टोरी वेखण ते चलो पता लग गया जे ना क्यों फांसी लऊए हुण अगे वेखो ओ मर गए हां ओ पता नहीं जन्नत विच आ गए कि किथे ओए ते अपना कमरे पिया लगदा है रस्सी टूट गई है ओयाल ओयाल रस्सी भी 2 नंबर ही निकली है ओए ओयाल ओए मैं किधे जा ओए नहीं ओयाल ओए ओए पाकिस्तान ना जिंदाबाद ही तेरे तो जिंदाबाद ही रस्सी ते 2 नंबर निकली है पर उन्हें चूहे मारने वाली दवाई जहर इहदे नाल ते पक्की मौत होवेगी यार कुछ होंदा क्यों नहीं पिया चलो ट्राई करने आ ए भी 2 नंबर ये जहर भी ओ पाकिस्तान च एक नंबर शाह क्यों नहीं कोई लभदी ओ दसो ओ है की ये पी के वेखनिया है की शाह है ओए ते जूस है ओ जहर विच भी मिलावट जूस दी ओ भी माशाल्लाह लै ओ दोवे चीजें ही नहीं काम आईयां बिजली दी तार बिजली ना लग के ते पक्की मौत होवे दी ना ए ते पक्की 100% गल है ना बिस्मिल्लाहिर रहमानिर रहीम ला इलाहा इल्लल्लाह मुहम्मदुर रसूलुल्लाह
बिजली डोर गई है। हेलो ते उम्मीद है तुम्हारी वीडियो ते पसंद आई हो। वैसे जब पसंद आई है चैनल नु सब्सक्राइब करो। हम आदमे कने ही चैनल है नवा बनाया अगला कोई मसला बन गया सी वीडियो लाइक करो ते शेयर करो अपने दोस्तों नाल। चस आ गई कि नहीं।